ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ, ਹੈਲੋ ਅਬੋਰ। ਸਾਥੀਓ, ਅੱਜ ਬੜਾ ਹੀ ਇੱਕ ਹੁਣੇ ਪਤਾ ਲੱਗਿਆ, ਕੁਛ ਦੇਰ ਪਹਿਲੇ ਅਬੋਰ ਟਰੱਕ ਯੂਨੀਅਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਗਰੁੱਪ ਆਪਸ 'ਚ ਭਿੜੇ, ਕੁਛ ਲੋਕਾਂ ਨੂੰ ਸੱਟਾਂ ਵੀ ਵੱਜੀ ਹੈ। ਐਂਡ ਮੈਨੂੰ ਪਤਾ ਲੱਗਿਆ ਵੀ ਪੰਕਜ ਨਰੂਲਾ ਜੀ ਨੂੰ ਕਾਫੀ ਸੱਟ ਵੱਜੀ ਹੈ, ਬਾਕਰ ਜੀ ਨੂੰ ਸੱਟ ਵੱਜੀ। ਉਮੀਦ ਕਰਦਾ ਵੀ ਠੀਕ ਹੋਣਗੇ, ਜ਼ਿਆਦਾ ਸੱਟ ਨਹੀਂ ਵੱਜੀ। ਲੇਕਿਨ ਆਹ ਜਿਹੜਾ ਮਾਹੌਲ ਹੈ, ਪਿਛਲੇ 5 ਸਾਲ ਅਬੋਰਡ ਦੀ ਟਰੱਕ ਯੂਨੀਅਨ ਦੇ ਵਿੱਚ ਇੱਕ ਵੀ ਇਸ ਟਾਈਪ ਦੀ ਵਾਰਦਾਤ ਨਹੀਂ ਹੋਈ, ਕਿਉਂਕਿ ਅਸੀਂ ਇੱਕ ਪ੍ਰਯਾਸ ਕੀਤਾ ਸੀ ਵੀ ਚੰਗੇ ਲੋਕ, ਜਿਵੇਂ ਜਦੋਂ ਕਮੇਟੀ ਬਣੀ ਸੀ ਯੂਨੀਅਨ ਦੀ, ਟਰੱਕ ਯੂਨੀਅਨ ਦੀ ਕਮੇਟੀਆਂ ਬਣੀ ਸੀ, ਚੰਗੇ ਲੋਕਾਂ ਨੂੰ ਕਮੇਟੀਆਂ ਦੇ ਵਿੱਚ ਪਾਇਆ ਗਿਆ ਸੀਗਾ। ਐਂਡ ਸਪੈਸ਼ਲੀ ਜਿਹੜੇ ਛੋਟੇ ਓਪਰੇਟਰਸ ਹੈ ਉਹਨਾਂ ਦਾ ਸਪੈਸ਼ਲ ਧਿਆਨ ਰੱਖਿਆ ਗਿਆ ਸੀਗਾ। ਹੁਣ 20 ਦਿਨ ਹੋਏ ਸਰਕਾਰ ਬਣੇ ਨੂੰ, ਐਂਡ ਮੈਂਡੇਟ ਜਿਹੜਾ ਸੀ, ਮੈਂ ਬਾਰ ਬਾਰ ਕਹਿੰਦਾ, ਫਤਵਾ ਜਿਹੜਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ ਉਹ ਬਦਲਾਵ ਦਾ ਫਤਵਾ ਸੀ। ਲੇਕਿਨ ਜਿਸ ਟਾਈਪ ਦਾ ਬਦਲਾਵ ਹੁਣ ਵੇਖਣ ਨੂੰ ਮਿਲ ਰਿਹਾ, ਮੈਂ ਤਾਂ ਹੈਰਾਨ ਹਾਂ। ਅੱਜ ਤੱਕ ਆਪਣੇ ਅਬੋਰ 'ਚ ਇਸ ਟਾਈਪ ਦੀ ਕਾਰਵਾਈ ਨਹੀਂ ਹੋਈ, ਲੇਕਿਨ ਦੂਜੇ ਕੁਛ ਦਿਨ ਪਹਿਲੇ ਹੋਰ ਵੀ ਕੁਛ ਪੰਜਾਬ ਦੇ ਸ਼ਹਿਰਾਂ 'ਚ ਵੇਖਣ ਨੂੰ ਮਿਲਿਆ, ਬਦਮਾਸ਼ੀ ਗੁੰਡਾਗਰਦੀ ਵੇਖਣ ਨੂੰ ਮਿਲੀ, ਅਤੇ ਅੱਜ ਅਬੋਰ ਦੇ ਵਿੱਚ ਵੀ ਉਹੀ ਕੁਛ ਵੇਖਣ ਨੂੰ ਮਿਲਿਆ। ਐਂਡ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਦਾ, ਮੈਂ ਆਮ ਆਦਮੀ ਪਾਰਟੀ ਨੂੰ ਅਪੀਲ ਕਰਦਾ, ਅਤੇ ਮੈਂ ਸਪੈਸ਼ਲੀ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਵੀ ਅਬੋਰ ਦੇ ਵਿੱਚ ਸਪੈਸ਼ਲੀ ਅਸੀਂ ਇਸ ਟਾਈਪ ਦੀ ਬਦਮਾਸ਼ੀ ਨਹੀਂ ਸਹਿਨ ਕਰਾਂਗੇ, ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਐਂਡ ਜਿਵੇਂ ਮੈਂ ਕਹਿ ਰਿਹਾ ਸੀ, ਪਿਛਲੇ 5 ਸਾਲਾਂ ਦੇ ਦੌਰਾਨ ਕਾਂਗਰਸ ਪਾਰਟੀ ਦੇ, ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ, ਪ੍ਰਸ਼ਾਸਨ ਕਾਂਗਰਸ ਪਾਰਟੀ ਦੀ ਸੀ, ਮਤਲਬ ਇੱਕ ਵੀ ਇਸ ਟਾਈਪ ਦੀ ਵਾਰਦਾਤ ਟਰੱਕ ਯੂਨੀਅਨ 'ਚ ਨਹੀਂ ਹੋਈ। ਐਂਡ ਮੈਨੂੰ ਯਾਦ ਹੈ, ਅੱਜ ਤੋਂ 2-2.5 ਮਹੀਨੇ ਟਰੱਕ ਓਪਰੇਟਰ ਪੰਜਾਬ ਦੇ ਜਿਹੜੇ ਟਰੱਕ ਓਪਰੇਟਰਸ ਹੈ ਉਹਨਾਂ ਦੇ ਪ੍ਰਧਾਨ ਅਬੋਰ ਆਏ ਸੀ, ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ। ਉਹਨਾਂ ਨੇ ਕਿਹਾ, ਜੀ ਜਾਖੜ ਸਾਹਿਬ, ਜਿਵੇਂ ਤੁਸੀਂ ਆ ਯੂਨੀਅਨ ਚਲਾਈ ਸਾਰਿਆਂ ਨੂੰ ਨਾਲ ਲੈ ਕੇ, ਸਪੈਸ਼ਲੀ ਸਾਰੇ ਓਪਰੇਟਰਸ ਦਾ ਧਿਆਨ ਤੁਸੀਂ ਰੱਖਿਆ, ਅਤੇ ਇੱਕ ਵੀ ਪੈਸੇ ਦਾ ਮਤਲਬ ਇੱਧਰ ਉੱਧਰ ਨਹੀਂ ਹੋਇਆ, ਬਿਲਕੁਲ ਹਿਸਾਬ ਕਿਤਾਬ ਬਿਲਕੁਲ ਸਹੀ ਸੀਗਾ, ਟੈਂਡਰਿੰਗ ਪ੍ਰੋਸੈਸ 'ਚ ਕੋਈ ਗੜਬੜ ਨਹੀਂ ਸੀ। ਜੇ ਇਸ ਟਾਈਪ ਦੀ ਯੂਨੀਅਨਸ ਹਰ ਪੰਜਾਬ, ਪੂਰੇ ਪੰਜਾਬ 'ਚ ਚੱਲੇ ਤਾਂ ਕਿੱਥੇ ਕੋਈ ਰੌਲਾ ਹੀ ਨਾ ਪਵੇ। ਮੈਨੂੰ ਉਸ ਗੱਲ ਦਾ ਮਾਣ ਸੀਗਾ, ਲੇਕਿਨ ਅੱਜ ਜਿਹੜਾ ਮਾਹੌਲ ਵੇਖਣ ਨੂੰ ਮਿਲਿਆ ਅਬੋਰ ਦੇ ਵਿੱਚ, ਆਈ ਐਮ ਸ਼ੌਕਡ। ਐਂਡ ਅਗੇਨ ਮੈਂ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਜਿਹੜੇ ਹੈ ਭਗਵੰਤ ਮਾਨ